ਬਖਸ਼ੰਦ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਮਿਲ ਬੈਠੇ ਸਤ ਸੰਗੀ ਪਿਆਰਿਓ ਆਦਰ ਸਤਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬੱਚਿਆਂ ਵਰਗੇ ਨੇ ਗੁਰਮੁਖ ਪਿਆਰੇ ਭਾਈ ਬੇਤਾਬ ਸਿੰਘ ਜੀ ਅੰਮ੍ਰਿਤ ਮੇ ਬਾਨੀ ਦਾ ਕੀਰਤਨ ਕਰਕੇ ਉਨਾ ਸਾਨੂੰ ਗੁਰੂ ਸਾਹਿਬ ਨੇ ਨੇੜੇ ਕੀਤਾ ਹੈ ਗੁਰਮਤਿ ਨੇੜੇ ਕੀਤਾ ਹੈ ਸਬਦਾ ਤਮੀਰ ਕਰੀ ਜੀਵਨ ਵਿੱਚ ਹੋਰ ਤਰੱਕੀਆਂ ਬਖਸ਼ੇ ਆਪਾ ਵਿਚਾਰ ਦੀ ਸ਼ੁਰੂਆਤ ਕਰੀਏ ਪਹਿਲੀ ਬੇਨਤੀ ਤੇ ਮੈਂ ਅੱਜ ਇਹ ਕਰਾਂਗਾ ਬਈ ਤੁਸੀਂ ਕੋਸ਼ਿਸ਼ ਕਰਿਓ ਪੂਰਾ ਧਿਆਨ ਲਾ ਕੇ ਅੱਜ ਦੀ ਕਥਾ ਨੂੰ ਸਮਝ ਸਕੀਏ ਮੈਂ ਆਪਣੇ ਵੱਲੋਂ ਪੂਰੀ ਸ਼ਤਗੁਰੂ ਮਿਹਰ ਕਰੇ ਪੂਰਾ ਤਣ ਜੋਰ ਲਾ ਦਿਆਂਗਾ ਦੂਜੀ ਬੇਨਤੀ ਜਿਹੜੀਆਂ ਸਾਨੂੰ ਅੱਜ ਸਮਝਣ ਵਿੱਚ ਕਿਉਂ ਮੁਸ਼ਕਲ ਬਣਦੀ ਹੈ ਇਤਿਹਾਸ ਚਾਰ ਗੱਲਾਂ ਨੂੰ ਲੈ ਕੇ ਚੱਲਦਾ ਹੈ ਚਾਰ ਚੀਜ਼ਾਂ ਇਤਿਹਾਸ ਦੀਆਂ ਜਿੰਦ ਜਾਨ ਹੁੰਦੀਆਂ ਨੇ ਕੋਈ ਘਟਨਾ ਕਦੋਂ ਹੋਈ ਕੋਈ ਘਟਨਾ ਕਿੱਥੇ ਹੋਈ ਕੋਈ ਘਟਨਾ ਕਿਵੇਂ ਹੋਈ ਸਾਨੂੰ ਇਹਨਾਂ ਗੱਲਾਂ ਦਾ ਪਤਾ ਹੋਣਾ ਚਾਹੀਦਾ ਕਿੱਥੇ ਹੋਈ ਕਦੋਂ ਹੋਈ ਕਿਵੇਂ ਹੋਈ ਕਿਉਂ ਹੋਈ ਉਹਦਾ ਪਛੋਕੜ ਕੀ ਸੀ ਇਹ ਚਾਰ ਸਵਾਲ ਹੱਲ ਕਰਦਾ ਹੈ ਇਤਿਹਾਸ ਹੁਣ ਮੁਸ਼ਕਲ ਇਹ ਹੈ ਵੀ ਅਸੀਂ ਜੰਮੇ ਪੜੇ ਇੱਥੇ ਇਸ ਹੁਣ ਕਲਚਰ 'ਚ ਬੱਚੇ ਰਹ ਰਹੇ ਨੇ ਪਰ ਜਿਹੜੀਆਂ ਘਟਨਾਵਾਂ ਨੇ ਕਿੱਥੇ ਹੋਈ ਕਦੋਂ ਹੋਈ ਕਿਵੇਂ ਹੋਈ ਇਹ ਸਾਰਾ ਕੁਝ ਇੰਡੀਆ ਨਾਲ ਸੰਬੰਧਿਤ ਹੈ ਮੈਨੂੰ ਤਾਂ ਔਖੀ ਲੱਗਦੀ ਹੈ ਬਹੁਤ ਜ਼ਿਆਦਾ ਪਰ ਫਿਰ ਵੀ ਆਪਾਂ ਸਿੱਖੀ ਦਾ ਇਹ ਇਤਿਹਾਸ ਹੈ ਮਾਨਵਤਾ ਦਾ ਇਤਿਹਾਸ ਹੈ ਟਾਂ ਕਰਕੇ ਸਾਨੂੰ ਇਹਦੇ ਨਾਲ ਇਹ ਵੀ ਨਹੀਂ ਵੀ ਰਿਸ਼ਤਾ ਤੋੜ ਕੇ ਸਾਡਾ ਸੜ ਜਾਏਗਾ ਹੁਣ ਮੈਂ ਅਗਲੀ ਗੱਲ ਕਰਨੀ ਚਾਹੁੰਦਾ ਅੱਜ ਦਾ ਇਤਿਹਾਸ 40 ਮੁਕਤੀਆਂ ਦੇ ਬਾਰੇ ਵਿੱਚ ਆਪਾਂ ਸਾਂਝਾ ਕਰਨ ਲੱਗੇ ਹਾਂ ਇਤਿਹਾਸ ਵਿੱਚ ਤਿੰਨ ਵਾਰੀ 40 ਮੁਕਤੀਆਂ ਦਾ ਜ਼ਿਕਰ ਹੈ ਇੱਕ ਚਮਕੌਰ ਦੀ ਗੜੀ ਵਿੱਚ ਵੀ 40 ਸਿੰਘ ਸ਼ਹੀਦ ਹੋਏ ਸੀ ਪੰਗ ਪਾਉਣ ਜੀ ਦਾ ਮੁਖ ਸਰ ਸਾਹਿਬ ਜੀ ਧਰਤੀ ਤੇ ਵੀ 40 ਸਿੰਘ ਸ਼ਹੀਦ ਹੋਏ ਸੀ ਯਾਦ ਰੱਖਿਓ ਜੀ ਆਲੋਵਾਲ ਦੇ ਵਿੱਚ ਉੱਥੇ ਵੀ 40 ਸਿੰਘ ਸ਼ਹੀਦ ਹੋਏ ਸੀ ਆਲੋਵਾਲ ਇੱਕ ਥਾਂ ਦਾ ਨਾਂ ਹੈ ਜ਼ਮੀਨ ਵਿੱਚ ਗੱਡ ਕੇ ਜਿਉਂਦਿਆਂ ਨੂੰ ਜ਼ਮੀਨ ਵਿੱਚ ਗੱਡ ਕੇ ਟੋਆ ਪੁੱਟ ਲੈਣਾ ਉਹਦੇ 'ਚ ਖੜਾ ਕਰਕੇ ਮਿੱਟੀ ਪਰਕੇ ਵਿੱਚੋਂ ਉਹਨੂੰ ਦੱਬ ਦੇਣੀ ਮਿੱਟੀ ਤੇ ਏਵੇਂ ਸਾਹ ਨਿਕਲਨੇ ਏਵੇਂ ਇਹ ਚਾਰ ਘਟਨਾਵਾਂ ਇਹੀ ਤਿੰਨ ਤਰ੍ਹਾਂ ਮੁਕਤੀਆਂ ਦਾ ਜ਼ਿਕਰ ਹੁੰਦਾ ਹੈ ਜਿਹੜੀ ਗੱਲ ਆਪਾਂ ਅੱਜ ਕਰਨ ਲੱਗੇ ਆ ਉਹ ਮੁਖਸਰ ਸਾਹਿਬ ਦੀ ਧਰਤੀ ਉੱਤੇ ਵਰਤੇ ਹੋਏ ਉਸ ਇਤਿਹਾਸਕ ਪੰਨੇ ਦਾ ਜ਼ਿਕਰ ਹੈ ਅੱਜ ਉੱਥੇ ਵੀ 40 ਸਿੰਘ ਸ਼ਹੀਦ ਹੋਏ ਸੀ ਜਿਨ੍ਹਾਂ ਨੂੰ ਆਪਾਂ 40 ਮੁਕਤੀਆਂ ਦੇ ਨਾਲ ਯਾਦ ਕਰਦੇ ਇਹ ਪਿੱਛੇ ਮਾਗੀ ਦੇ ਦਿਨ ਨਾਲ ਸੰਬੰਧਿਤ ਹੈ ਪਰ ਮਨਾਉਣਾ ਆਪਾਂ ਅੱਜ ਲੱਗੇ ਆ ਗੱਲ ਸ਼ੁਰੂ ਕਰਾਂ ਗੁਰੂ ਗੋਮ ਸਿੰਘ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਅੱਗੇ ਅੱਗੇ ਚਮਕੌਰ ਦੀ ਗੜੀ ਤੱਕ ਦਾ ਇਤਿਹਾਸ ਆਪਾਂ ਵਿਚਾਰਿਆ ਸੀ ਚਮਕੌਰ ਦੀ ਗੜੀ ਤੋਂ ਸਤਗੁਰ ਜੀ ਤਿੰਨ ਗੁਰਸਿੱਖਾਂ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹਨਾਂ ਦੇ ਨਾਲ ਉੱਥੋਂ ਨਿਕਲ ਗਏ ਮਰਛੀਵਾੜੇ ਦੇ ਜੰਗਲ ਚ ਆ ਗਏ ਉੱਥੋਂ ਗਨੀਖਾਂ ਤੇ ਨਵੀਖਾਂ ਲੈ ਕੇ ਚਲੇ ਗਏ ਉੱਥੋਂ ਕਈ ਥਾਵਾਂ ਨੂੰ ਵਿਚਰਦਿਆਂ ਹੋਇਆਂ ਛੋਟੇ-ਛੋਟੇ ਪਿੰਡਾਂ ਦਾ ਜ਼ਿਕਰ ਹੈ ਉਹਦਾ ਤੁਹਾਨੂੰ ਬੜੀ ਲੋੜ ਨਹੀਂ ਪੈਣੀ ਅੱਗੇ ਚੱਠੇ ਜਾ ਕੇ ਪਹੁੰਚਦੇ ਨੇ ਮੈਂ ਉਹਦਾ ਜ਼ਿਕਰ ਕਰਾਂ ਅੱਗੇ ਜਾ ਕੇ ਸਤਿਗੁਰੂ ਦੀਨਾ ਕਾਂਗੜ ਇੱਥੇ ਪਹੁੰਚਦੇ ਨੇ ਅੱਜ ਦੀ ਕਥਾ 'ਚ ਨਾਂ ਬਹੁਤੇ ਹੋਣਗੇ ਥੋੜੇ ਜਿਹਾ ਤਾਂ ਪ੍ਰਬੰਧ ਕੀਤਾ ਹੈ ਅਸੀਂ ਪਰ ਥੋੜੇ ਜੇ ਤੁਹਾਨੂੰ ਯਾਦ ਹੀ ਰੱਖਣੇ ਪੈਣੇ ਨੇ ਇੱਥੇ ਜਿਹੜੇ ਸਿੱਖ ਨੇ ਨਾ ਬੜੇ ਚਿਰਾਂ ਤੋਂ ਸਿੱਖ ਬਣੇ ਹੋਏ ਤਿੰਨ ਨੇ ਭਾਈ ਲਖਪੀਰਾ ਭਾਈ ਸ਼ਮੀਰਾ ਭਾਈ ਤਖਤੂ ਮੱਲ ਇਹਨਾਂ ਦੇ ਘਰ ਨੇ ਛਟਗੁਰੂ ਦੀਨਾ ਤੇ ਕਾਂਗੜ ਦੋ ਵੱਖੋ ਵੱਖਰੇ ਪਿੰਡ ਨੇ ਉਹਨਾਂ ਨੂੰ ਇਕੱਠਿਆਂ ਕਹਿ ਦਿੱਤਾ ਜਾਂਦਾ ਦੀਨਾ ਕਾਂਗੜ ਇੱਥੇ ਨੇ ਛਟਗੁਰੂ ਗੁਰਗੋਮ ਸਿੰਘ ਦੀਨ ਨਾਲ ਕਾਂਕੜ ਨਾਲ ਸਾਡਾ ਬੜਾ गहरा ਸਬੰਧ ਹੈ ਇੱਥੋਂ ਸਤਿਗੁਰੂ ਨੇ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸੀ ਜਿਹਨੂੰ ਇਤਿਹਾਸ ਵਿੱਚ ਜ਼ਫਰਨਾਮੇ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਉਹਦੇ ਸਾਹਮਣੇ ਇੱਕ ਤਸਵੀਰ ਰੱਖੀ ਸੀ ਤੋਂ ਕਿੰਨੀ ਵਾਰੀ ਧਰਮ ਦਾ ਉਹ ਟਾਸਰਾ ਲੈ ਕੇ ਤੇ ਆਪਣੇ ਕੀਤੇ ਵਾਦੇ ਤੋਂ ਮੁੱਕਰ ਗਿਆ ਪਰ ਹਰ ਵਾਰੀ ਮੈਂ ਬਿਨ ਕਸ਼ਮਖਾਦੀਆਂ ਵੀ ਧਰਮ ਦੇ ਅਸੂਲਾਂ ਤੇ ਇਨਸਾਨੀਅਤ ਦੇ ਅਸੂਲਾਂ ਤੇ ਪਹਿਰਾ ਦਿੰਦਾ ਆਇਆ ਇਹ ਦੋ ਚੀਜ਼ਾਂ ਉਹਦੇ ਚ ਕੰਪੇਅਰ ਕੀਤੀਆਂ ਹੋਈਆਂ ਨੇ ਜ਼ਫਰਨਾਮਾ ਲੈ ਕੇ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਸਰਗੁਰ ਜੀ ਨੇ ਭੇਜ ਦਿੱਤਾ ਉਹ ਔਰੰਗਾਬਦ ਜਾ ਕੇ ਮਿਲੇ ਨੇ ਇੱਕ ਵੱਖਰਾ ਪੱਖ ਇਹਨੂੰ ਆਪਾਂ ਛੱਡ ਦਈਏ ਦੀਨੇ ਕਾਂਕਰ ਹੀ ਲਖਮੀਰ ਤੇ ਸ਼ਮੀਰ ਨੂੰ ਲਾਹੌਰ ਦੇ ਸਰਹੰਦ ਦੇ ਵਜ਼ੀਰ ਖਾਨ ਨवाब ਨੇ ਚਿੱਠੀ ਲਿਖੀ ਉਹਨੂੰ ਪਤਾ ਲੱਗ ਗਿਆ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਨੇ ਉਹ ਇੱਕ ਚਿੱਠੀ ਲਿਖਦਾ ਹੈ ਵਜ਼ੀਰ ਖਾਨ ਲਖਮੀਰ ਸ਼ਮੀਰ ਤੇ ਤਖਤ ਮੰਨ ਲਓ ਤਿੰਨ ਆਪਰਾਮਨ ਇਨਾਂ ਨੂੰ ਚਿੱਠੀ ਲਿਖਦਾ ਐ ਵੀ ਤੁਹਾਡੇ ਕੋਲ ਗੁਰੂ ਗੋਬਿੰਦ ਸਿੰਘ ਨੇ ਤੁਸੀਂ ਸਰਕਾਰ ਨਾ ਮੱਥਾ ਨਾ ਲਾਓ ਤੁਸੀਂ ਮੈਨੂੰ ਨਹੀਂ ਜਾਣਦੇ ਮੈਂ ਕਿਵੇਂ ਤੁਹਾਡੀ ਤਬਾਹੀ ਕਰ ਦਿਆਂਗਾ ਤੁਸੀਂ ਗੁਰੂ ਗੋਬਿੰਦ ਸਿੰਘ ਮੈਨੂੰ ਪਕੜਾ ਦਿਓ ਆਇ ਧਰਮ ਲਖਮੀਰ ਤੇ ਸ਼ਮੀਰ ਨੇ ਚਿੱਠੀ ਲਿਖ ਕੇ ਪਾਈ ਵੀ ਸਜਣਾ ਇਹ ਗੱਲ ਚਿੱਤਾ ਰੱਖ ਬਈ ਇਹ ਗੁਰੂ ਤੇ ਸ਼ਰਨ ਜੀ ਨੂੰ ਦੇ ਦਿੰਦਾ ਹੈ ਕਿ ਉਹਨੂੰ ਤੱਤੀ ਬਾਣੀ ਲੱਗਣ ਦੇਂਦਾ ਅਸੀਂ ਤਾਂ ਗੁਰੂ ਦੀ ਸ਼ਰਨ 'ਚ ਬੈਠੇ ਆਂ ਤੂੰ ਜੋ ਤੇਰੇ ਤੋਂ ਹੁੰਦਾ ਤੂੰ ਉਹ ਕਰ ਲੈ ਪਰ ਇਹ ਗੱਲ ਚਿੱਟਾ ਰੱਖੀ ਸਾਡੀ ਜਿਉਂਦੀਆਂ ਜੀਤ ਗੁਰੂ ਗੋਬਿੰਦ ਸਿੰਘ ਤੱਕ ਪਹੁੰਚ ਨਹੀਂ ਸਕੇਗਾ ਹੁਣ ਉਹ ਇਸ ਚਿੱਠੀ 'ਚ ਚਿੜਕੇ ਬਹੁਤ ساری ਫੌਜ ਤਿਆਰ ਕਰਦਾ ਹੈ ਫੌਜ ਤਿਆਰ ਕਰਕੇ ਤੇ ਗੁਰੂ ਗੋਬਿੰਦ ਸਿੰਘ ਵੱਲ ਨੂੰ ਤੁਰਦਾ ਹੈ ਵਜ਼ੀਰ ਖਾਂ ਸਰਹੰਦ ਤੋਂ ਕਾਫੀ ਸਾਰੀ ਫੌਜ ਹੋਰ ਵੀ ਲੈ ਕੇ ਤੇ ਨਾਲ ਤੁਰਦਾ ਹੈ ਸਤਗੁਰੂ ਨੂੰ ਵੀ ਸਨੇਹਾ ਮਿਲ ਜਾਂਦਾ ਹੈ ਪਈ ਵਜ਼ੀਰ ਖਾਂ ਫੌਜ ਲੈ ਕੇ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਟਕਰਾ ਹੋਏਗਾ ਹੁਣ ਗੁਰੂ ਜੀ ਪੁੱਛਦੇ ਨੇ ਵੀ ਪਹਿਲੀ ਵਾ ਇੱਥੇ ਕਿਦਨੇ ਨੇੜੇ ਪਾਣੀ ਦਾ ਪ੍ਰਬੰਧ ਹੈ ਕੋਕਿੱਤ ਸਰਬੀਚੋ ਸਿੱਖਣਾ ਚਾਹੀਦਾ ਹੈ ਪਹਿਲਾਂ ਜਿਹੜਾ ਅਨੰਦਪੁਰ ਸਾਹਿਬ ਘੇਰਾ ਪਿਆ ਰਿਹਾ ਹੈ ਉਹਦੇ 7 ਮਹੀਨੇ ਦੇ ਘੇਰੇ ਚ ਜਿਹੜੀਆਂ ਜੜੀਆਂ ਚੀਜ਼ਾਂ ਦੀ ਔਕੜ ਆਈ ਹੈ ਉਹ ਵਿਚਾਰਨੀ ਚਾਹੀਦੀ ਸੀ ਸਤਿਗੁਰੂ ਨੇ ਵਿਚਾਰਿਆ ਵੀ ਕਿਦਰੇ ਨੇੜੇ ਪਾਣੀ ਦਾ ਪ੍ਰਬੰਧ ਹੈ ਘੋੜਿਆਂ ਨੂੰ ਆਪਣੀ ਕਾਰੋਬਾਰ ਵਾਸਤੇ ਨਿੱਜ ਦੇ ਜੀਵਨ ਵਾਸਤੇ ਨਿਤ ਦੇ ਜੀਵਨ ਵਾਸਤੇ ਪਾਣੀ ਦੀ ਜ਼ਰੂਰਤ ਹੈ ਉਹਨੇ ਦੱਸਿਆ ਵੀ ਹਾਂ ਸਤਿਗੁਰੂ ਇੱਥੇ ਥੋੜੀ ਦੂਰੀ ਉੱਤੇ ਇੱਕ ਖਦਰਾਣੀ ਦੀ ਢਾਬ ਹੈ ਉੱਥੇ ਆ ਕੇ ਪਾਣੀ ਇਕੱਠਾ ਹੋ ਕੇ ਰਹਿੰਦਾ ਹੈ ਤੇ ਉਸ ਇਲਾਕੇ ਦੇ ਵਿੱਚੋਂ ਪਾਣੀ ਵਰਤਿਆ ਜਾਂਦਾ ਹੈ। ਖਜੂਰ ਸੱਚੇ ਪਾਤਸ਼ਾਹ ਹੁਣ ਇਧਰ ਨੂੰ ਆ ਗਏ ਨੇ ਨਾਲ ਇਲਾਕੇ ਦੇ ਕੁਝ ਗੁਰੂ ਕੇ ਸਿੰਘ ਨਾਲ ਆ ਗਏ ਨੇ। ਥੋੜੇ ਜਿਹੇ ਨਹੀਂ ਬਹੁਤੇ ਨਹੀਂ। ਇੱਥੇ ਆ ਕੇ ਤੁਹਾਨੂੰ ਵਕਤ ਮਿਲਿਆ ਮੁਖਸਰ ਸਾਹਿਬ ਨਹੀਂ ਤਾਂ ਨੈਟ ਤੇ ਤਾਂ ਦੇਖ ਹੀ ਸਕਦੇ ਹੋ ਨਾ ਕਮ ਸੇ ਕਮ ਉੱਥੇ ਗੁਰਦੁਆਰਾ ਤੰਬੂ ਸਾਹਿਬ ਹੈ ਉਹ ਤੰਬੂ ਸਾਹਿਬ ਉਹ ਸੀ ਜਿੱਥੇ ਗੁਰੂ ਕੇ ਸਿੰਘਾਂ ਨੇ ਆਪਣੇ ਵੱਡੇ ਵੱਡੇ ਕਸ਼ੈਰੀ ਖਲਾਰੇ ਝਾਲੀਆਂ ਦੇ ਉੱਤੇ ਇਉਂ ਪਤਾ ਲੱਗੇ ਵੀ ਇੱਥੇ ਬਹੁਤ ਸਾਰੀ ਫੌਜ ਨੇ ਜਿਹੜੇ ਆਪਣੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਹੋਇਆ ਪ੍ਰਭਾਵ ਬਣੇ ਇਹ ਯਾਦ ਰੱਖਿਓ ਉਸ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ਉੱਤੇ ਇੱਕ ਟਿੱਬੀ ਸਾਹਿਬ ਹੈ ਉੱਥੇ ਸਤਿਗੁਰੂ ਬਰਾਜ ਗਏ ਨੇ ਉੱਥੇ ਤੇ ਇਧਰੋਂ ਵਜ਼ੀਰ ਖਾਂ ਦੀ ਫੌਜ ਆ ਗਈ ਇਧਰੋਂ ਗੁਰੂ ਕੇ ਸਿੱਖ ਜੰਗ ਲੜ ਰਹੇ ਨੇ ਇਹ ਗੱਲ ਨੂੰ ਇੱਥੇ ਛੱਡ ਦਈਏ ਹੁਣ ਆਪਾਂ ਦੂਜਾ ਪੱਖ ਤੁਹਾਡੇ ਨੂੰ ਸਾਂਝਾ ਕਰਨਾ ਹੈ ਉਹਨੂੰ ਥੋੜੇ ਜਿਹਾ ਧਿਆਨ ਵਿੱਚ ਰੱਖਿਓ ਦੋ ਚੀਜ਼ਾਂ ਜ਼ਿੰਦਗੀ ਦੀਆਂ ਬੜੀਆਂ ਅਹਿਮ ਹੁੰਦੀਆਂ ਨੇ ਇੱਕ ਹੁੰਦਾ ਵਿਛੜਨਾ ਵਿਛੋੜਾ ਪੈਣਾ ਕਿਸੇ ਤੋਂ ਟੁੱਟ ਜਾਣਾ ਵਿਛੜਨਾ ਇੱਕ ਹੁੰਦਾ ਵਿਸਰਨਾ ਵਿਛੜਨਾ ਮਾੜਾ ਨਹੀਂ ਵਿਛੋੜਾ ਪੈਂਦਾ ਕੋਈ ਪਰਿਵਾਰਸ਼ਾਨੀ ਹੋਏਗਾ ਜਿੱਦੇ ਚ ਵਿਛੋੜਾ ਨਾ ਪੈਂਦਾ ਹੋਵੇ ਕਾਰੋਬਾਰ ਕਰਕੇ ਅੱਪਾ ਸਾਰੇ ਬਾਹਰਲੇ ਮੁਲਕਾਂ 'ਚ ਬੈਠੇ ਆਂ ਇਕਸਰ ਪਿਛੜੇ ਕੋਈਆਂ ਨੇ ਆਪਣੇ ਪਰਿਵਾਰਾਂ ਤੋਂ ਵਿਛੜਨਾ ਇੱਕ ਵੱਖਰੀ ਗੱਲ ਹੈ ਪਰ ਵਿਸਰਨਾ ਬਹੁਤ ਦੁਖਦਈ ਹੈ ਅਸੀਂ ਵਿਛੜ ਕੇ ਆ ਗਏ ਪਰ ਨਾ ਅਸੀਂ ਉਹਨਾਂ ਨੂੰ ਵਿਸਾਰਿਆ ਨਾ ਉਹਨਾਂ ਨੇ ਸਾਨੂੰ ਵਿਸਾਰਿਆ ਵਿਸਰੇ ਨਹੀਂ ਸੰਬੰਧ ਅੱਜ ਵੀ ਹੈ ਯਕੀਨ ਕਰਕੇ ਜਾਣਿਓ ਕਦੇ 12 ਮਹਾਦੀ ਬਾਣੀ ਨੂੰ ਧਿਆਨ ਨਾ ਪੜਿਓ ਕਿਰਤ ਕਰਮ ਕੇ ਵਿਛੜੇ ਹੋ ਸਕਦੇ ਐ ਲਿਕਨ ਵਿਸਰੇ ਨਹੀਂ ਹੈ ਅਜ ਵੀ ਅਰਦਾਸਨ ਕਰਦੇ ਆਂ ਕਰ ਕਿਰਪਾ ਮੇਲੋ ਰਾਮ ਖੁਆਰ ਉਦੋਂ ਹੁੰਦਾ ਜਦੋਂ ਵਿਸਰ ਜਾਂਦਾ ਹੈ ਇਸੇ ਦੀ ਗੁਰਬਾਣੀ ਵਿੱਚ ਵਿਛੋੜੇ ਦੀ ਓਡੀ ਗੱਲ ਨਹੀਂ ਜਿੰਨੀ ਵਿਸਰਨ ਦੀ ਗੱਲ ਹੈ ਵਿਸਰ ਨਹੀਂ ਜਾਂਦਾ ਤਾਰ ਆਪਣਾ ਨਾਮ ਦੇਵ ਤੂੰ ਵਿਸਰ ਹੀ ਨਾ ਗੁਰਾਇਕ ਦੇਹ ਬਿਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ ਮਨੁਭਿ ਸੰਜਾਇ ਮੈਨੂੰ ਭੁੱਲ ਨਾ ਜਾਇ ਵਿਛੜਿਆ ਹੋਇਆ ਤੇ ਮਿਲ ਜਾਏਗਾ ਪਰ ਜਿਹਨੂੰ ਵਿਸਰ ਹੀ ਗਿਆ ਉਹਦੇ ਮਲਾਪ ਦੀ ਆਸ ਖਤਮ ਹੋ ਜਾਂਦੀ ਹੈ ਇੱਥੇ ਕੁਝ ਸਿੰਘ ਜਿਹੜੇ ਨੇ ਨਾ ਉਹ ਗੁਰੂ ਤੋਂ ਵਿਛੜ ਗਏ ਅਨਰਪੁਰ ਸਾਹਿਬ ਜੀ ਧਰਤੀ ਤੋਂ ਪਰ ਚੇਤਾ ਰੱਖਿਓ ਕਿੰਨਾ ਪਿਆਰ ਹੋਏਗਾ ਉਹਨਾਂ ਦਾ ਗੁਰੂ ਨਾਲ ਵਿਛੜ ਗਏ ਪਰ ਉਹ ਗੁਰੂ ਨੂੰ ਗੁਰ ਉਹਨਾਂ ਨੇ ਗੁਰ ਨੂੰ ਵਿਸਾਰਿਆ ਨਹੀਂ ਚੇਤੇ ਹੈ ਗੁਰੂ ਕੋਈ ਥਾਂ ਟਿਕਣਾ ਨਾ ਪਤਾ ਲੱਗਿਆ ਘਰ ਚਲੇ ਗਏ ਇਹ ਲੋਕ ਨੇ ਜਿਹੜੇ ਇਹਦੇ ਵਿੱਚ ਬਹੁਤੇ ਸਿੰਘ ਜਿਹੜੇ ਨੇ ਨਾ ਉਹ ਮਾਝੇ ਦੇ ਇਲਾਕੇ ਦੇ ਨੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਦੇ ਨੇ ਇੱਕ ਗੱਲ ਮੈਂ ਪਹਿਲਾਂ ਛੱਡ ਕੇ ਆਇਆ ਜੰਗ ਦੀ ਦੂਜੀ ਇਹ ਵੀ ਇੱਥੇ ਛੱਡਣ ਲੱਗਾ ਇੱਕ ਧੀਜੀ ਗੱਲ ਤੁਹਾਡਾ ਨਾਲ ਹੋਰ ਸਾਂਝੀ ਕਰਨੀ ਫਿਰ ਆਪਾਂ ਲੜੀ ਜੋੜ ਦਿਆਂਗੇ ਸਾਰਿਆਂ ਦੀ ਜਿਹੜਾ ਇਹ ਵਾਲਾ ਪਰਿਵਾਰ ਹੈ ਨਾ ਇਹ ਬਹੁਤ ਕਮਾਈ ਵਾਲਾ ਪਰਿਵਾਰ ਹੈ ਇਹ ਚੋ ਇੱਕ ਪਰਿਵਾਰ ਹੈ ਭਾਈ ਲੰਗਾ ਭਾਈ ਲੰਗਾ ਗੁਰੂ ਅਰਜਨ ਪਾਤਸ਼ਾਹ ਜੀ ਸ਼ਹਾਦਤ ਵੇਲੇ ਕੋਲ ਸੀ ਭਾਈ ਲੰਗਾ ਛੇਵੇਂ ਪਾਤਸ਼ਾਹ ਦੇ ਅਕਾਲ ਤਖਤ ਤੇ ਫੌਜ ਬਣਾਉਣ ਵੇਲੇ ਇੱਕ ਜਰਨੈਲ ਸੀ ਉਪਾਈ ਲੰਗਾ ਪਾਈ ਲੰਗਾ ਦਾ ਛੋਟਾ ਭਰਾ ਹੈ ਭਾਈ ਪੇਰੋ ਮੈਂ ਤੁਹਾਨੂੰ ਅੱਧੀ ਕੈਸੀ ਵੀ ਅੱਜ ਦੀ ਕਥਾ ਚ ਬਹੁਤ ਮੈਨੂੰ ਤੇ ਇਸ ਗੱਲ 'ਚ ਤੁਸੀਂ ਤਵੱਜੋ ਦੇ ਕੇ ਸਮਝਣਾ ਭਾਈ ਲੰਗਾ ਲੰਗਾ ਦਾ ਪੁੱਤ ਭਰਾ ਹੈ ਛੋਟਾ ਭਾਈ ਪੇਰੋ ਭਾਈ ਪੇਰੋ ਦੇ ਅੱਗੇ ਪਰਿਵਾਰ ਵਿੱਚੋਂ ਨੇ ਤਿੰਨ ਜਣਿਆਂ ਦਾ ਜ਼ਿਕਰ ਕਰਨ ਲੱਗੇ ਇੱਕ ਦਾ ਨਾਮ ਹੈ ਭਾਗ ਸਿੰਘ ਇੱਕ ਦਾ ਨਾਮ ਹੈ ਦਲਬਾਗ ਸਿੰਘ ਇੱਕ ਦਾ ਨਾਮ ਹੈ ਮਾਤਾ ਭਾਗੋ ਪਈ ਲੰਗਾ ਛੋਟਾ ਭਰਾ ਪੇਰੋ ਪੇਰੋ ਦੇ ਪਰਿਵਾਰ ਵਿੱਚੋਂ ਪਾਈ ਦਲਬਾਗ ਸਿੰਘ ਭਾਈ ਭਾਗ ਸਿੰਘ ਤੇ ਮਾਤਾ ਭਾਗ ਕੌਰ ਇਹ ਤਿੰਨੇ ਸਕੇ ਪੈਣ ਪ੍ਰਾਨ ਨੇ ਮਾਤਾ ਭਾਗ ਕੌਰ ਨੇ ਤਾਂ ਸਿੰਘ ਨੂੰ ਵਿਆਹੀ ਹੋਈ ਹੈ ਬੜਾ ਐਚਨੋ ਇਹ ਵੱਖਰਾ ਪੱਖ ਹੈ ਜੀ ਲੋੜ ਨਹੀਂ ਪੈਣੀ ਆਪਾਂ ਨੂੰ ਜਦੋਂ ਇਹ ਸਿੰਘ ਅਨੰਦਪੁਰ ਸਾਹਿਬ ਤੋਂ ਵਿਛੜੇ ਹੋਏ ਆਪਣੇ ਘਰਾਂ ਚ ਗਏ ਇਹ ਘਰਦਿਆਂ ਪੁੱਛਿਆ ਵੀ ਅਸੀਂ ਤਾਂ ਸੁਣਿਆ ਇਤਿਹਾਸ ਬੜਾ ਦੁਖਦਾਈ ਵਰਤੇ ਆ ਤੇ ਤੁਸੀਂ ਘਰ ਨੂੰ ਆ ਗਏ ਅਸੀਂ ਤਾਂ ਤੁਹਾਡੀਆਂ ਸ਼ਹੀਦੀਆਂ ਦੀਆਂ ਖਬਰਾਂ ਸੁਣਨ ਉਹ ਆਸ ਸੀ ਸਾਨੂੰ ਵੀ ਤੁਹਾਡੀਆਂ ਸ਼ਹੀਦੀਆਂ ਦੀਆਂ ਖਬਰਾਂ ਮਿਲਣਗੀਆਂ ਤੇ ਤੁਸੀਂ ਇੱਥੇ ਆ ਗਏ ਸਾਡੇ ਸਿਰ ਤੇ ਤੋਂ ਪਹਿਲਾਂ ਦਾਗ ਲੱખ્યા ਨਹੀਂ ਇਹ 1705 ਦੀ ਘਟਨਾ ਹੈ ਜਿਹੜੀ ਮੈਂ ਤੁਹਾਨੂੰ ਹੁਣ ਸਾਂਝੀ ਕਰ ਰਹੀ ਹਾਂ ਪਰ 5 ਸਾਲ ਪਹਿਲਾਂ ਇੱਕ ਘਟਨਾ ਹੋਰ ਘਟੀ ਸੀ ਜਦੋਂ ਅਨੰਦਪੁਰ ਸਾਹਿਬ ਦੇ ਲੋਹਗੜ੍ਹ ਕਿਲੇ ਨੂੰ ਘੇਰਾ ਪਾਇਆ ਸੀ ਤਾਂ ਉਦੋਂ ਦੁਨੀ ਚੰਦ ਭੱਜ ਗਿਆ ਸੀ ਉਹ ਉਹ ਵੀ ਅਮਰਸਰ ਦਾ ਹੈ ਦੁਨੀ ਚੰਦ ਭੱਜਿਆ ਸੀ 1700 ਦੀ ਘਟਨਾ ਹੈ 5 ਸਾਲ ਦਾ ਵਕਵਾ ਹੈ ਤੇ ਜਦੋਂ ਭੱਜ ਕੇ ਗਿਆ ਸੀ ਤਾਂ ਉਹਦੇ ਦੋ ਪੋਤਰੇ ਰੂਪ ਸਿੰਘ ਤੇ ਅਨੂਪ ਸਿੰਘ ਉਹ ਗੁਰੂ ਜੀ ਕੋਲ ਵਾਪਸ ਆ ਗਏ ਸੀ ਵੀ ਅਸੀਂ ਦਾਦੇ ਦਾ ਲੱਗਿਆ ਦਾਗਤ ਹੋਣਾ ਚਾਹੁੰਦੇ ਆ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀ ਅਸੀਂ ਇੱਕ ਵੱਖਰਾ ਪੱਖ ਉਹਨੂੰ ਵੀ ਛੱਡਦੀ ਏ ਉਹ ਕਹਿਣ ਲੱਗੀ ਮਾਤਾ ਪਿਤਾ ਘਰ ਤੁਸੀਂ ਕਿਹੜਾ ਮੂੰਹ ਲੈ ਕੇ ਆ ਗਿਓ ਘਰ ਸਾਡੇ ਸਿਰ ਤੇ ਤਾਂ ਪਹਿਲਾ ਦਾਗ ਨਹੀਂ ਉਤਰਿਆ ਤੁਸੀਂ ਹੁਣ ਫੇਰ ਲਵਾਇਓ ਤੁਹਾਨੂੰ ਨਹੀਂ ਸੀ ਗੁਰੂ ਦਾ ਪਤਾ ਲੱਗਿਆ ਕਿਦਰੇ ਭਾਲ ਕਰਦੇ ਤੁਸੀਂ ਘਰ ਕਿਵੇਂ ਆ ਗਏ ਹੁਣ ਉਤਾਨਾ ਮਾਰ ਕੇ ਵਾਪਸ ਲੈ ਕੇ ਜਾਂਦੀ ਹੈ ਮਾਤਾ ਭਗੌਰ ਅਣਖ ਜਗਾ ਕੇ ਉਹਨਾਂ ਦੀ ਤੇ ਉਹਨਾਂ ਨੂੰ ਵਾਪਸ ਲੈ ਕੇ ਜਾਂਦੀ ਹੈ ਜਦੋਂ ਉਹ ਵਾਪਸ ਜਾਂਦੀ ਹੈ ਤਾਂ ਇਸ ਪਰਿਵਾਰ ਦੇ ਨਾਲ ਹੁਣ ਜਿਹੜਾ ਜੁੜੀ ਹੋਈ ਗੱਲ ਹੈ ਉਹ ਇਹ ਹੈ ਉਸ ਪਰਿਵਾਰ ਦੀ ਮੈਂ ਹੁਣ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਹਾਂ ਆਪਾਂ ਸਾਰੀ ਲੜੀ ਬਾਅਦ ਵਿੱਚ ਛੋੜ ਲਾਂਗੇ ਮੁਖ ਸਰ ਦੀ ਧਰਤੀ ਤੇ جنگ ਹੋ ਰਹੀ ਹੈ ਜਿਹੜੇ ਅਨੰਦਪੁਰ ਸਾਹਿਬ ਤੋਂ ਵਿਛੜੇ ਸੀ ਉਹਨਾਂ ਨੂੰ ਮਾਤਾ-ਪਿਤਾ ਘਰ ਲੈ ਕੇ ਤੇ ਜੰਗ ਦੇ ਮੈਦਾਨ ਵਿੱਚ ਆ ਗਏ ਨੇ ਜੰਗ ਦੇ ਮੈਦਾਨ ਵਿੱਚ ਆਇਆ ਹੋਇਆਂ ਦੇ ਵਿੱਚੋਂ ਜਿਹੜੀ ਬੇਦਾਵੇ ਦੀ ਗੱਲ ਹੈ ਜਿਸ ਪਰਿਵਾਰ ਨਾਲ ਜੁੜੀ ਹੋਈ ਹੈ ਹੁਣ ਉਸ ਪਰਿਵਾਰ ਦੇ ਘਰਦਿਆਂ ਦੇ ਸਾਰਿਆਂ ਦਾ ਧਿਆਨ ਦਿਓ ਇਸ ਪਰਿਵਾਰ ਵਿੱਚੋਂ ਸਭ ਤੋਂ ਵੱਡੇ ਬਜ਼ੁਰਗ ਦਾ ਨਾਂ ਹੈ ਭਾਈ ਰਾਉ ਭਾਈ ਰਾਉ ਦਾ ਪੁੱਤ ਹੈ ਭਾਈ ਮੂਲਾ ਮੈਂ ਇੱਕ ਇੱਕ ਦੀ ਗੱਲ ਕਰਨ ਲੱਗਾ ਤਾਂ ਕਿ ਉਲਝਣਾ ਨਾ ਜਾਈਏ ਭਾਈ ਰਾਉ ਰਾਉ ਦਾ ਪੁੱਤ ਹੈ ਭਾਈ ਮੂਲਾ ਭਾਈ ਮੂਲੇ ਦਾ ਪੁੱਤ ਹੈ ਭਾਈ ਬੱਲੂ ਭਾਈ ਬੱਲੂ ਦਾ ਪੁੱਤ ਹੈ ਭਾਈ ਮਾਈ ਦਾਸ ਅਗੇ ਮਾਈ ਦਾਸ ਦੇ 12 ਪੁੱਤ ਨੇ ਮਾਈ ਦਾਸ ਦੇ ਅਗੇ 12 ਪੁੱਤ ਨੇ ਬਸ ਇਹਨਾਂ ਨਾਲ ਬੇਦਾਬੀ ਸੰਜ ਹੈ ਮਾਈ ਦਾਸ ਦੇ 12 ਪੁੱਤ ਨੇ ਸਭ ਤੋਂ ਵੱਡੇ ਦਾ ਨਾਂ ਹੈ ਜੇਠਾ ਸਿੰਘ ਦੂਜੇ ਦਾ ਨਾਂ ਹੈ ਭਾਈ ਦਿਆਦਾ ਇਹ ਭਾਈ ਦਿਆਦਾ ਉਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜਿੱਲੀਛੀੜ ਹੋਇਆ ਸੀ ਉਪਰ ਦੀ ਦੇਖ ਚ ਭਾਈ ਜੇਠਾ ਸਿੰਘ ਭਾਈ ਦਿਆਲਾ ਭਾਈ ਮਨੀ ਸਿੰਘ ਭਾਈ ਦਾਨ ਸਿੰਘ ਭਾਈ ਮਾਨ ਸਿੰਘ ਇਹ ਭਾਈ ਮਾਨ ਸਿੰਘ ਉਹ ਹੈ ਜਿਹੜਾ ਚਮਕੌਰ ਦੀ ਗੱਡੀ ਤੋਂ ਗੁਰੂ ਜੀ ਦੇ ਨਾਲ ਨਿਕਲਿਆ ਸੀ ਭਾਈ ਜੇਠਾ ਸਿੰਘ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਭਾਈ ਦਾਨ ਸਿੰਘ ਭਾਈ ਮਾਨ ਸਿੰਘ ਤੇ ਨਾਲ ਇਹਨਾਂ ਦੇ ਭਾਈ ਅਮਰ ਚੰਦ ਇਹ ਅਮਰਚੰਦ ਜਿਹੜਾ ਸੀ ਇਹ ਛੋਟੀ ਉਮਰ ਵਿੱਚ ਬੁਖਾਰ ਹੋ ਕੇ ਚੜਾਈ ਕਰ ਗਿਆ ਸੀ ਤਾਂ ਕੈਸਾ ਪਰਿਵਾਰ ਹੋਏਗਾ ਮਾਈ 10 ਤੇ 12 ਪੁੱਤ ਨੇ 12 ਪੁੱਤਾਂ ਵਿੱਚੋਂ 11 ਸ਼ਹੀਦ ਨੇ ਸਿਰਫ ਇੱਕ ਇਕੱਲਾ ਅਮਰਚੰਦ ਹੈ ਜਿਹੜਾ ਉਹ ਬੁਖਾਰ ਚੜ ਕੇ ਚੜਾਈ ਕਰ ਗਿਆ ਸੀ ਜੇ ਉਹ ਵੀ ਚੜਾਈ ਨਾ ਕੀਤਾ ਹੁੰਦਾ ਸ਼ਰ 12 ਦੇ 12 ਹੀ ਸ਼ਹੀਦ ਹੁੰਦੇ। ਇੱਕ ਵਾਰੀ ਫਿਰ ਦੋਹਰਾਮਾ ਜੇਠਾ ਸਿੰਘ ਭਾਈ ਦੇਹਲਾ ਜੀ ਭਾਈ ਮਨੀ ਸਿੰਘ ਭਾਈ ਦਾਨ ਸਿੰਘ ਭਾਈ ਮਾਨ ਸਿੰਘ ਭਾਈ ਅਮਰਚੰਦ ਉਸ ਤੋਂ ਅੱਗੇ ਹੈ ਭਾਈ ਰੂਪ ਸਿੰਘ ਭਾਈ ਜਗਤ ਸਿੰਘ ਭਾਈ ਸੋਨੂ ਜੀ ਭਾਈ ਲਹਿਨੂ ਜੀ ਭਾਈ ਰਾਏ ਸਿੰਘ ਭਾਈ ਹੱਠੀ ਚੰਦ ਇਹ ਚੰਦ ਜਿਹੜੇ ਨਾ ਉਹਨਾਂ ਨਾਲ ਆਏ ਹੋਏ ਨੇ ਜਿਹੜੇ 19169 ਦੀ ਵਿਸਾਖੀ ਤੋਂ ਪਹਿਲਾਂ ਸ਼ਹੀਦ ਹੋ ਗਏ ਜਿਵੇਂ ਭਾਈ ਦੇਵਾਲਾ ਪਹਿਲਾਂ ਸ਼ਹੀਦ ਹੋ ਗਿਆ ਹੁਣ ਆ ਭਾਈ ਮਨੀ ਸਿੰਘ ਤੀਜੇ ਨੰਬਰ ਤੇ ਹੈ ਭਾਈ ਜੇਠਾ ਸਿੰਘ ਭਾਈ ਦੇਵਾਲਾ ਜੀ ਭਾਈ ਮਨੀ ਸਿੰਘ ਮਨੀ ਸਿੰਘ ਦੇ ਪਰਿਵਾਰ ਦਾ ਅੰਗ ਹੈ ਰਾਏ ਸਿੰਘ ਰਾਏ ਸਿੰਘ ਦਾ ਪੁੱਤ ਹੈ ਮਹਾ ਸਿੰਘ ਜੀ ਦੇ ਤੱਕ ਮੈਂ ਪਹੁੰਚਣਾ ਚਾਹੁੰਦਾ ਇਸ ਰਾਏ ਸਿੰਘ ਦਾ ਪੁੱਤ ਹੈ ਭਾਈ ਮਹਾ ਸਿੰਘ ਜਦੋਂ ਮੁਖ ਸਰ ਦੀ ਧਰਤੀ ਤੇ جنگ ਹੋਇਆ ਗੈ ਗੱਡ ਮਾ جنگ ਹੋਇਆ ਗੁਰੂ ਕੀ ਸਿੱਖਾਂ ਨੇ ਵਜ਼ੀਰ ਖਾਂਦੀਆ ਫੌਜਾਂ ਨੂੰ ਭਾਜਣਾ ਪਾ ਦਿੱਤੀ ਉਹ ਤੂੰ ਕੀ ਸਮਝਣਾ ਹੈ ਅਸੀਂ ਆਨੰਦਪੁਰ ਸਾਹਿਬ ਤੋਂ ਆ ਕੇ ਸ਼ਾਇਦ ਕਮਜ਼ੋਰ ਹੋ ਗਏ ਹੋਵਾਂਗੇ ਤੂੰ ਕੀ ਸਮਝਣਾ ਹੈ ਅਸੀਂ ਚਮਕੌਰ ਦੀ ਗੜੀ ਚੋਂ ਆ ਕੇ ਕਮਜ਼ੋਰ ਹੋ ਗਏ ਹੋਵਾਂਗੇ ਤੈਨੂੰ ਭੁਲੇਖਾ ਹੈ ਸੱਜਣਾ ਤੂੰ ਅੱਜ ਵੀ ਟਕਰੇਂਗਾ ਤੈਨੂੰ ਅੱਜ ਵੀ ਅਸੀਂ ਹਾਰ ਦਾ ਮੂੰਹ ਪਖਾਵਾਂਗੇ ਵਜ਼ੀਰ ਖਾਨ ਦੀ ਫੌਜ ਜਦੋਂ ਦੇ ਪੈਰ ਨਾ ਲੱਗੇ ਪਾਣੀ ਤੋਂ ਵੀ ਪਿਆਸੇ ਨੇ ਕਈ ਕਾਰਨ ਅਜਿਹੇ ਬਣੇ ਤੇ ਚੇਤੇ ਰੱਖਿਓ ਉਦੋਂ ਉਹਦੇ ਪੈਰ ਉਖੜ ਗਏ ਤੇ ਉਹ ਵਾਪਸ ਜਾਂਦਾ ਹੈ ਉਹਦੇ ਪੈਰ ਉਖੜ ਗਏ ਤੇ ਉਹ ਵਾਪਸ ਜਾਂਦਾ ਹੈ ਹੁਣ ਜਦੋਂ ਸ਼ਾਮ ਦਾ ਵਕਤ ਹੋਇਆ ਉਹਨਾਂ ਦਿਨਾਂ ਦੇ ਵਿੱਚ ਅੱਜ ਵਰਗਾ ਪ੍ਰਬੰਧ ਨਹੀਂ ਸੀ ਹੁੰਦਾ ਜਦੋਂ ਸ਼ਾਮ ਦਾ ਵਕਤ ਹੋਇਆ ਤਾਂ ਉਦੋਂ ਗੁਰੂ ਜੀ ਛਾਹੀ ਟਿੱਬੀ ਤੋਂ ਉਤਰੇ ਛਾਹੀ ਟਿੱਬੀ ਤੋਂ ਉੱਤਰ ਕੇ ਜਿਹੜੇ ਜ਼ਖਮੀ ਪਏ ਨੇ ਇੱਕ ਵਾਰੀ ਮੈਂ ਫਿਰ ਦੁਹਰਾ ਦਿਆਂ ਪਹਿਲੀ ਗੱਲ ਆਪਾਂ ਕੀਤੀ ਸੀ ਵੀ ਤਖਤ ਮਲ ਦੇ ਘਰੋਂ ਗੁਰੂ ਜੀ ਖਿਦਰਾਣੀ ਦੀ ਟਾਬ ਤੇ ਆ ਗਏ ਨੇ ਦੂਜੀ ਗੱਲ ਕੀਤੀ ਸੀ ਵੀ ਭਾਈ ਲੰਗਾ ਦੇ ਪਰਿਵਾਰ ਵਿੱਚੋਂ ਇੱਕ ਜੱਥਾ ਜਿਹੜਾ ਵਿਛੜਿਆ ਸੀ ਉਹ ਵੀ ਇੱਥੇ ਆ ਗਿਆ। ਤੀਜਾ ਜ਼ਿਕਰ ਕੀਤਾ ਵੀ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਜਿਹੜੇ ਰਾਏ ਸਿੰਘ ਤੇ ਮਹਾ ਸਿੰਘ ਨੇ ਉਹ ਵੀ ਇੱਥੇ ਆ ਗਏ ਨੇ। ਇਹ ਮੈਨੂੰ ਪਸ਼ੋਕੜ ਤਾਂ ਦੱਸਣਾ ਪਿਆ ਭਈ ਐਡਾ ਮਹਾਨ ਇਹਨਾਂ ਦਾ ਪਸ਼ੋਕੜ ਐ। ਭਾਈ ਮਨੀ ਸਿੰਘ ਹੋਰਾਂ ਦਾ ਤੁਸੀਂ ਅੱਗੇ ਤੱਕ ਚਲੇ ਜਾਓਗੇ ਗੁਰੂ ਸਾਹਿਬ ਤੋਂ ਵੀ 500 ਸਾਲ ਪਹਿਲਾਂ ਦਾ ਇਤਿਹਾਸ ਮਿਲਦਾ ਇਹਨਾਂ ਦਾ ਭਾਈ ਮਨੀ ਸਿੰਘ ਹੋਰਾਂ ਦਾ 911 ਤੱਕ ਦਾ ਇਤਿਹਾਸ ਮਿਲਦਾ ਹੈ ਭਾਈ ਮਨੀ ਸਿੰਘ ਦੇ ਪਰਿਵਾਰ ਦਾ ਜਿਹੜਾ ਰਾਜਾ ਭੋਜ ਹੈ ਨਾ ਉਹ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ ਵੀ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਰਾਜਾ ਭੋਜ ਬਹੁਤ ਦਾਨੀ ਸੀ ਇਹ ਭਾਈ ਮਨੀ ਸਿੰਘ ਦੇ ਪਰਿਵਾਰ ਦਾ ਹੈ ਸਾਡਾ ਇਤਿਹਾਸ ਬਹੁਤ ਅਮੀਰ ਹੈ ਅਸੀਂ ਫੋਲ ਨਹੀਂ ਸਕੇ ਬਸ ਗਲਤੀ ਇਹ ਹੋਈ ਹੁਣ ਉਹ ਉਸ ਮੁਖਸਰ ਦੀ جنگ ਦੇ ਵਿੱਚ ਸ਼ਾਰੀ ਦਿਹਾੜੀ جنگ ਹੋਈ ਵਜ਼ੀਰ ਖਾਨੀਆਂ ਫੌਜਾਂ ਹਾਰ ਗਈਆਂ ਹਾਲ ਦਵਾਈ ਪੈ ਗਈ ਉਸ ਵੇਲੇ ਫਿਰ ਜਦੋਂ ਸ਼ਾਮ ਦਾ ਵਕਤ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਸ਼ਾਹੀ ਟਿੱਬੀ ਤੇ ਬੈਠੇ ਜੰਗ ਵੇਖਦੇ ਨੇ ਗੁਰੂ ਜੀ ਨੂੰ ਕਦੇ ਵੀ ਬਹੁਤ ਵਾਰੀ ਲੱਗਦੀ ਵਾ ਗੁਰੂ ਕੇ ਸਿੱਖ ਕਦੇ ਜੰਗ ਦੇ ਮੈਦਾਨ ਵਿੱਚ ਨਹੀਂ ਸੀ ਆਉਣ ਦਿੰਦੇ ਬਹੁਤ ਮਿੰਤਾ ਕਰਦੇ ਸੀ ਗੁਰੂ ਜੀਆਂ ਜਦੋਂ ਸ਼ਾਮ ਦਾ ਵਕਤ ਹੋਇਆ ਸਤਗੁਰੂ ਹੁਣ ਆਪਣੇ ਸਿੰਘਾਂ ਨੂੰ ਜਿਹੜੇ-ਜਿਹੜੇ ਲੜੇ ਨੇ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਦੀਆਂ ਲਾਸ਼ਾਂ ਸਿੱਧੀਆਂ ਕਰਦੇ ਨੇ ਕੋਈ ਢਕਵੇਂ ਡਿ ਗਿਆ ਪਿਆ ਕੋਈ ਕਿਵੇਂ ਢਕਿਆ ਪਿਆ ਸਤਗੁਰੂ ਕਿਸੇ ਦਾ ਮੱਥਾ ਚੁੰਮਦੇ ਨੇ ਕਿਸੇ ਦੇ ਹੱਥ ਜੋ ਮਦਨੇ ਕਿਸੇ ਨੂੰ ਬਹੁਤ ਪਿਆਰ ਕਰਦੇ ਨੇ ਕਿਸੇ ਨੂੰ ਕਹਿੰਦੇ ਨੇ ਇਹ 20 ਗੱਜ ਅੱਗੇ ਹੋ ਕੇ ਲੜਿਆ ਇਹਨੇ ਪੈਰ ਪਿੱਛੇ ਨਹੀਂ ਕੀਤਾ ਇਹ 50 ਗੱਜ ਅੱਗੇ ਹੋ ਕੇ ਲੜਿਆ ਇਹਨੇ ਪੈਰ ਪਿੱਛੇ ਨਹੀਂ ਕੀਤਾ ਕਿਸੇ ਨੂੰ ਕਹਿੰਦੇ ਮੇਰਾ 10 ਹਜ਼ਾਰੀ ਹੈ ਉਦੋਂ ਸਰਕਾਰ ਵੇਲੇ ਇਹ ਉਹਨਾਂ ਨੂੰ ਤਖੱਲਸ ਦਿੱਤੇ ਜਾਂਦੇ ਸੀ ਉਹਨਾਂ ਨੂੰ ਰਿਸਪੈਕਟ ਦਿੱਤੀ ਜਾਂਦੀ ਸੀ ਕਿਸਮ ਦੀ ਪਈਏ 10 ਹਜ਼ਾਰੀ ਮਨਸਬ ਹੈ ਇਹ 20 ਹਜ਼ਾਰੀ ਹੈ ਇਹ 30 ਹਜ਼ਾਰੀ ਉਹ ਉਹਦਾ ਹੁੰਦਾ ਸੀ ਇੱਕ ਕਿਸਮ ਦਾ ਗੁਰੂ ਜੀ ਅੱਜ ਆਪਣੇ ਸਿੱਖਾਂ ਨੂੰ ਉਹਦੇ ਬਖਸ਼ ਰਹੇ ਨੇ ਆ ਮੇਰਾ ਐਡਾ ਪਿਆਰਾ ਸਿੱਖ ਹੈ ਇਹ ਇੰਨੇ ਕਾ ਜੱਗੇ ਹੋ ਕੇ ਲੜਿਆ ਕਿੰਨੇ ਤੀਰਾਂ ਤਲਵਾਰਾਂ ਨੇ ਜਰਾ ਰੁਕਿਆ ਪਰ ਇਹ ਨਹੀਂ ਰੁਕਿਆ ਇਹ ਮੇਰਾ 20 ਹਜ਼ਾਰੀ ਹੈ ਇਹ ਮੇਰਾ 30 ਜਹਾਰੀ ਹੈ ਇਹ ਮੇਰਾ 40 ਜਹਾਰੀ ਹੈ ਗੁਰੂ ਸਾਹਿਬਿਆ ਨੂੰ ਪਿਆਰ ਦਿੰਦੇ ਜਾ ਰਹੇ ਨੇ ਇੱਕ ਸ਼ਹਿਕ ਦੀ ਜਾਨ ਸ਼ਹੀਦ ਨਹੀਂ ਉਹ ਅਪਰ ਜ਼ਖਮੀ ਬਹੁਤ ਹੈ ਸ਼ਹਿਕ ਦੀ ਜਾਨ ਉਹਦੇ ਜ਼ੁਬਾਨ ਤੋਂ ਸ਼ਬਦ ਨਿਕਲ ਲਿਆ ਹੌਲੀ ਹੌਲੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤ ਤੁਮ ਪਿਆਰਾ ਜਦ ਸਤਿਗੁਰੂ ਉਹਦੇ ਕੋਲ ਗਏ ਉਹਦਾ ਮੱਥਾ ਚੁੰਮਿਆ ਲਾਥ ਪਾ ਤੋਇ ਕੋਨ ਨਾਲ ਆਪਣੀ ਗਲ ਚ ਪਾਏ ਕੱਪੜੇ ਦੇ ਨਾਲ ਉਹਦਾ ਚਿਹਰਾ ਸਾਫ ਕੀਤਾ ਪਛਾਣਿਆ ਇੱਕ ਨਾਲ ਲਾਇਆ ਉਹਦੇ ਕੋਲੋਂ ਵਾਹ ਜਾਈ ਕੈਨ ਲੱਗੇ ਪਲੀ ਮੈਨੂੰ ਗੋਦੀ ਵਿੱਚ ਲੈਣ ਦੀ ਬਜਾਏ ਮੇਰੀ ਪੁਕਾਰ ਗੁਰੂ ਗੋਬਿੰਦ ਸਿੰਘ ਕੋਲ ਪਹੁੰਚਾ ਦੇ ਤੈਨੂੰ ਮਹਾ ਸਿੰਘ ਉਡੀਕਦਾ ਜੇ ਮੇਰੀ ਅਰਜ਼ ਪਹੁੰਚਾ ਦੇ ਮੈਨੂੰ ਗੋਦ ਵਿੱਚ ਲੈ ਕੇ ਪਿਆਰ ਕਰਨ ਵਾਲਿਆ ਮੇਰੀ ਅਰਜ਼ੋਈ ਮੇਰੇ ਗੁਰੂ ਕੋਲ ਪਹੁੰਚਾ ਦੇ ਆਖਰੀ ਦਮ ਨੇ ਮੈਂ ਅੱਜ ਮਿੰਟਾਂ ਕਰਨੇ ਮੌਤ ਦੀਆਂ ਸਿੱਖ ਕਦੇ ਮੌਤ ਤੋਂ ਨਹੀਂ ਡਰਦਾ ਪਰ ਅੱਜ ਮੈਂ ਮੌਤ ਦੀਆਂ ਵੀ ਮਿੰਟਾਂ ਕਰਨੇ ਉਹਦੋਂ ਤੱਕ ਨਾ ਆਈ ਭਲਿਏ ਜਦੋਂ ਤੱਕ ਮੇਰਾ ਗੁਰੂ ਨਾ ਆਇਆ ਮੇਰਾ ਸਨੇਹਾ ਦੇਣਾ ਹੈ ਤੇ ਮੇਰੇ ਗੁਰੂ ਨੂੰ ਦੇ ਉਹ ਮੈਨੂੰ ਮਿਲ ਜਾਏ ਇਹ ਉਸ ਵੇਲੇ ਕੋਲ ਖਲੋਤੇ ਸਿੰਘਾਂ ਨੇ ਆਵਾਜ਼ ਮਾਰੀ ਮਹਸਿਆਂ ਹੋਸ਼ ਕਰ ਮਹਾਸਿਆ ਸੰਭਾਲ ਆਪਣੇ ਆਪ ਨੂੰ ਜਿਹੜੇ ਗੁਰੂ ਨੂੰ ਤੂੰ ਸਨੇਹੇ ਦੇ ਨਾ ਤੂੰ ਉਸੇ ਦੀ ਗੋਦ ਵਿੱਚ ਪਿਆ ਹੈ ਤੂੰ ਉਸੇ ਗੁਰੂ ਦੀ ਗੋਦ ਵਿੱਚ ਪਿਆ ਹੈ ਸ਼ਾਇਦ ਉਹਨਾਂ ਲਹੂ ਨ ਵਗਿਆ ਹੋਵੇ ਜਿਨ੍ਹਾਂ ਮਹਾ ਸਿੰਘ ਦੀ ਅੱਖਾਂ ਤੋਂ ਅਥਰੂ ਵਗ ਗਏ ਸਤਿਗੁਰੂ ਬਖਸ਼ ਲਮੀ ਸਤਗੁਰੂ ਮੈਨੂੰ ਬਖਸ਼ ਲਮੀ ਕਿਸੇ ਕਾਰਨ ਤੇਰੇ ਚਰਨਾਂ ਤੋਂ ਵਿਛੜ ਕੇ ਆ ਗਏ ਬੜੀਆਂ ਠੋਕਰਾਂ ਖਾਧੀਆਂ ਉਸ ਦਿਨ ਪਤਾ ਲੱਗਿਆ ਸਾਨੂੰ ਵਿਛੋੜਾ ਕੀ ਹੁੰਦਾ ਹੈ ਵਿਛੋੜਾ ਸੁਣੇ ਦੁੱਖ ਬਿਨ ਡਿਠੇ ਮਰੀਉਂਦ ਬਾਜ ਪਿਆਰੇ ਆਪਣੇ ਬਿਰਹੀ ਨਾ ਤਰੀ ਆਉਂਦਾ ਸਤਗੁਰੂ ਇੱਕ ਕਿਰਪਾ ਕਰ ਆ ਕਾਗਜ਼ ਪੜ੍ਹਦੇ ਜਿਹੜਾ ਤੇਰੇ ਅਤੇ ਮੇਰੇ ਦਰਮਿਆਨ ਇੱਕ ਵਕਬਾ ਪਾਈ ਬੈਠਾ ਹੈ ਮੈਂ ਫੇਰ ਰੁਕਣ ਲੱਗਾ। ਪਿਆਰ ਵਾਲਿਓ ਸਾਡਾ ਇਤਿਹਾਸ ਬਹੁਤ ਕੀਮਤੀ ਹੈ ਜਿਸ ਤਨ ਸਿੱਖ ਧਰਮ ਲੈਣ ਆਉਂਦਾ ਹੈ ਨਾ ਉਸਨੂੰ ਇਸ ਹੀ ਸਬੇਟ ਕਰਦਾ ਹੈ। ਦੁਨਿਆਵੀ ਨਾਰੀਆਂ ਨਾਲ ਇਹਦਾ ਕੰਮ ਨਹੀਂ ਚੱਲਣਾ। ਇਸ ਹੀ ਸੇਪੇਟ ਕਰਦੇ ਐ ਏਡੀ ਵੱਡੀ ਭੇਟਾ ਗੁਰੂ ਦੇ ਅੱਗੇ ਰੱਖਣੀ ਪੈਂਦੀ ਹੈ ਸੀਸ ਭੇਟਾ ਕਰਨਾ ਪੈਂਦਾ ਐ ਐਸਾ ਸਤਗੁਰੂ ਜੇ ਮਿਲੈ ਜਿਸ ਨੂੰ ਸਿਰ ਸੌਂਪੀ ਐ ਵਿੱਚੋਂ ਆਪ ਜਾਏ ਫਿਰ ਸਿੱਖੀ ਐਡੀ ਕੀਮਤੀ ਹੈ ਜਦੋਂ ਕਦੇ ਦੇ ਗਲਾਂ 'ਚ ਹਾਰ ਪੈਂਦੇ ਨੇ ਇਹਦੇ ਹਾਰ ਵੀ ਬਾਜ਼ਾਰੋਂ ਖਰੀਦੇ ਹੋਏ ਨਹੀਂ ਇਹਦੇ ਹਾਰ ਵੀ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ 'ਚ ਪਾਉਣੇ ਪੈਂਦੇ ਨੇ ਐਡੀ ਕੀਮਤੀ ਹੈ ਸਿੱਖੀ ਇਹ ਯਾਦ ਰੱਖਿਓ ਜਦੋਂ ਕਦੇ ਸਿੱਖੀ ਦੇ ਵਿੱਚ ਕੋਈ ਦਾਤ ਮਿਲਦੀ ਹੈ ਨਾ ਤੇ ਮਿਲਦੀ ਵੀ ਫਿਰ ਗੁਰੂ ਦੀ ਕੋਦ ਹੈ ਗੁਰੂ ਦਾ ਪਿਆਰ ਮਿਲਦਾ ਹੈ ਭਾਈ ਮਹਾ ਸਿੰਘ ਗੁਰੂ ਗੋਮ ਸਿੰਘ ਦੀ ਗੋਦ ਵਿੱਚ ਨੇ ਕਹਿੰਨ ਲੱਗੇ ਪਾਤਸ਼ਾਹ ਸਾਡਾ ਇੱਕ ਵਿਲੱਖਣ ਇਤਿਹਾਸ ਹੈ ਲੋਕ ਆਪਣੇ ਪਿਆਰਿਆਂ ਨਾਲ ਦੇਖੋ ਜਿੱਥੇ ਕਿਤੇ ਪਿਆਰ ਹੋਵੇ ਉੱਥੇ ਕਰਮ ਚੱਲਦੀ ਹੈ ਪਿਆਰਿਆਂ ਨੂੰ ਚਿੱਠੀਆਂ ਲਿਖਦੇ ਆਪਾਂ ਪਰ ਜਦੋਂ ਗੁਰੂ ਗੋਮ ਸਿੰਘ ਪਿਆਰੀ ਚੁਣਦਾ ਹੈ ਉਹ ਕਲਮ ਨਾਲ ਪਿਆਰੀ ਨਹੀਂ ਚੁੰਦਾ ਉਹ ਕਿਰਪਾਨਾਂ ਨਾਲ ਪਿਆਰੇ ਚੁੰਦਾ ਛਾੜੀ ਪੇਟਾ ਵੀ ਵੱਖਰੀ ਸੀ ਇਸ ਸਾਡੇ ਹਾਰ ਵੀ ਵੱਖਰੇ ਤੇ ਸਾਡੇ ਘਰ ਵਿੱਚ ਪਿਆਰ ਦੀ ਕਹਾਣੀ ਵੀ ਕਿਰਪਾਨਾਂ ਦੀਆਂ ਨੋਕਾਂ ਤੇ ਲਿਖੀ ਜਾਂਦੀ ਹੈ ਜੇ ਤੇ ਰੱਖਿਓ ਮੇ ਨਾਲ ਜਿਹੜੀ ਬੇਨਤੀ ਕਰਨ ਲੱਗਾ ਐ ਇਸ ਵੇਲੇ ਦੁਨੀਆ ਵਿੱਚ ਜਦੋਂ ਕੋਈ ਗਲਤੀ ਕਰ ਲਵੇ ਤੇ ਆਪਾਂ ਝਟ ਕੇ ਨੇ ਵੀ ਇਹ ਦੋ ਅੱਖਰ ਲਿਖ ਕੇ ਦੇ ਮੈਂ ਮਾਫੀ ਮੰਗਣਾ ਉਦੋਂ ਲਿਖਤਾ ਲਖਾਈਆਂ ਜਾਂਦੀਆਂ ਨੇ ਜਦੋਂ ਮਾਫੀ ਦਿੱਤੀ ਜਾਂਦੀ ਲਿਖਤਾ ਲਖਾਈਆਂ ਜਾਂਦੀਆਂ ਨੇ ਮੇਰੇ ਕੋਲ ਗਲਤੀ ਹੋ ਗਈ ਤੇ ਉਹ ਅੱਖਰ ਲਿਖਦੇ ਉਹ ਕਹਿੰਦਾ ਮੈਨੂੰ ਮਾਫੀ ਦੇ ਦੇ ਉਹਨੂੰ ਮਾਫ ਕਰ ਦਿੱਤਾ ਜਾਂਦਾ ਹੈ ਦੁਨੀਆ 'ਚੇ ਸਪਸ਼ਟ ਹੈ ਜਦੋਂ ਮਾਫੀਆਂ ਮਿਲਦੀਆਂ ਨੇ ਲਿਖਤਾ ਦਿਖਾਈਆਂ ਜਾਂਦੀਆਂ ਨੇ ਉਹ ਗੁਰੂ ਦਾ ਕਰਕੇ ਹੋ ਜਾਂਦਾ ਜਿੱਥੇ ਮਾਫੀਆਂ ਮਿਲਦੀਆਂ ਨੇ ਲਿਖਤਾ ਪਾੜੀਆਂ ਜਾਂਦੀਆਂ ਨੇ ਇੱਥੇ ਲਿਖਤਾ ਲਖਾਈਆਂ ਨਹੀਂ ਜਾਂਦੀਆਂ ਲਿਖਤਾ ਪਾੜੀਆਂ ਜਾਂਦੀਆਂ ਨੇ ਕਹਿਣ ਲੱਗੇ ਪਾਤਸ਼ਾਹੀ ਰਬੇ ਦਾਵਾ ਪਾੜ ਦੇ ਸਤਿਗੁਰੂ ਨੇ ਉਸੇ ਵੇਲੇ ਬਚਨ ਕੀਤਾ ਕਹਿਣ ਲੱਗੇ ਹਾਂ ਭਲਿਆ ਸਾਡੇ ਕਰਦਾ ਇਹ ਉਸੂਲ ਹੈ ਧਰਮ ਰਾਏ ਦਰ ਕਾਗਦ ਫਾਰੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਮਿਲ ਗਿਆ ਹੁਣ ਕੀ ਲੋੜੇ ਕਾਗਜਾਂ ਦੀ ਸਤਗੁਰੂ ਨੇ ਬੇਦਾਵਾ ਪਾੜਿਆ ਤੇ ਮਹਾਰਾਜ ਸਿੰਘ ਨੂੰ ਘਟਕੇ ਸੀਨੇ ਨਾਲ ਲਾਇਆ ਕਹਿਣ ਲੱਗੇ ਦਸਵੇਂ ਤੇਰੇ ਲਈ ਕੀ ਕਰ ਸਕਣਾ ਕੀ ਦਿਆਂ ਤੈਨੂੰ ਕਦੇ ਵਕਤ ਸੀ ਅਨੰਪੁਰ ਸਹਿਬ ਦੀ ਧਰਤੀ ਤੇ ਤੈਨੂੰ ਰਜਮਾ ਪ੍ਰਸ਼ਾਦਾ ਬਿਨਾਂ ਦੇ ਸਕਿਆ ਅੱਜ ਦੱਸ ਤੈਨੂੰ ਕੀ ਦਿਆਂ ਮਹਾਰਾਜ ਸਿੰਘ ਬੋਲ ਆਪਣੀ ਜ਼ੁਬਾਨੋਂ ਕੀ ਚਾਹੁੰਨਾ ਹੈ महासिंह ने हाथ जोड़ के एक गल कही कह लगे सतगुरु जे तैर हो या ना, तो दो चीजा मेरी छोड़ी पा दे दो चीजा मेरी छोड़ी पा दे सतगुरु कह लगे दस की चाहना है कह लगे पहली गल ये चाहना है साहब तेरे दर तो कद कोई सिख वि ना बहुत दुख सहारना पेंडा विछोड़े का आप रोज पढ़ने है, ਜੇ ਕੋ ਗੁਰਤੇ ਬੇਮਕ ਖੋਵੇ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੇ ਕੋਈ ਪੁੱਛੋ ਬੀਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਈ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨ ਪਾਏ ਅਰਦਾਸ ਕਰਿਆ ਕਰੀਏ ਸਤਗੁਰੂ ਕਿਸੇ ਚੀਜ਼ ਦਾ ਵਿਛੋੜਾ ਹੋ ਜਾ ਸਾਰ ਲਾਂਗੇ ਤੇਰੇ ਦਰ ਤੋਂ ਵਿਛੋੜਾ ਨਾ ਹੋ ਵੀ ਜੇ ਵਿਛੋੜਾ ਹੋ ਗਿਆ ਤੇ ਕਮ ਸੇ ਕਮ ਵਿਸਰੀ ਨਾ ਸਾਨੂੰ ਭੁਲਾਈ ਨਾ ਸਾਡੇ ਚਿੱਤੇ ਵਿੱਚ ਰਵੀ ਅਸੀਂ ਤੈਨੂੰ ਪੁਕਾਰ ਦੇ ਰਹੀਏ ਪਹਿਲੀ ਧਾਤ ਮੇਰੀ ਝੋਲੀ ਵਿੱਚ ਪਾ ਸਤਿਗੁਰੂ ਵਿਛੋੜਾ ਨਾ ਹੋਵੇ ਦੂਜੀ ਧਾਤ ਮੇਰੀ ਝੋਲੀ ਵਿੱਚ ਪਾ ਮੇਰੇ ਪਰਿਵਾਰ ਵਿੱਚੋਂ ਕਦੇ ਸਿੱਖੀ ਨਾ ਜਾਵੇ ਮੇਰੇ ਪਰਿਵਾਰ ਚੋਂ ਕਦੇ ਸਿੱਖੀ ਦਾ ਬੂਟਾ ਨਾ ਸੁੱਕੇ ਸਤਿਗੁਰੂ ਨੇ ਕਟ ਕੇ ਕਲੇਜੇ ਨਾਲ ਲਾਇਆ ਉਸੇ ਵੇਲੇ ਅਈ ਮਹਾ ਸਿੰਘ ਚੜਾਈ ਕਰ ਗਿਆ। ਗੁਰੂ ਦੀ ਕੋਧ ਵਿੱਚ ਚੜਾਈ ਕਰ ਗਿਆ। ਕੁਝ ਦੂਰੀ ਤੇ ਰਾਏ ਸਿੰਘੇ ਦਾ ਬਾਪ ਇਹਦਾ ਪਿਤਾ ਉਹ ਵੀ ਸ਼ਹਾਦਤ ਦਾ ਜੰਮ ਪੀ ਗਿਆ। ਚਿੱਤੇ ਰਖਿਓ ਗੁਰੂ ਗੋਬਿੰਦ ਸਿੰਘ ਨੇ ਸਿਰਫ ਡੇਢ ਸਸਕਾਰ ਕੀਤਾ ਆਪਣੇ ਹੱਥ ਨਾਲ ਆਪਣੇ ਪਰਿਵਾਰ ਦਾ। ਦੋ ਵੀ ਪੂਰੇ ਨਹੀਂ ਕੀਤੇ ਡੇਢ। ਡੇਢ ਕਿਵੇਂ ਇੱਕ ਆਪਣੇ ਪਿਤਾ ਦੇ ਸੀਸ ਦਾ ਉਹਦੇ ਢੜ ਦਾ ਸੰਸਕਾਰ ਨਹੀਂ ਸੀ ਕੀਤਾ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਦੇ ਇਕੱਲੇ ਢੜ ਦਾ ਸੰਸਕਾਰ ਕੀਤਾ ਦੂਜਾ ਸੰਸਕਾਰ ਕੀਤਾ ਸੀ ਮਾਂ ਜੀਤਾ ਦਾ ਉਹ ਆਨੰਦ ਪਰਸੇਪ ਚੜਾਈ ਕਰਕੇ ਸੀ ਬਾਕੀ ਪਰਿਵਾਰ ਚੋਂ ਕਿਸੇ ਦਾ ਵੀ ਸੰਸਕਾਰ ਕਰਨ ਦਾ ਮੌਕਾ ਨਾ ਮਿਲੇ ਨਾ ਆਪਣੇ ਪੁੱਤਾਂ ਦਾ ਨਾ ਆਪਣੀ ਮਾਂ ਦਾ ਅੱਜ ਵੇਖੋ ਕਿ ਐਸੀ ਵਿਲੱਖਣਤਾ ਦੀ ਗੱਲ ਹੈ ਅੱਜ ਗੁਰੂ ਉਹਨਾਂ ਵਿਛੜਿਆਂ ਦਾ ਆਪਣੇ ਹੱਥੀਂ ਸੰਸਕਾਰ ਕਰ ਰਿਹਾ। ਉਹਨਾਂ 40 ਦਾ ਹੱਥੀਂ ਸੰਸਕਾਰ ਕੀਤਾ। ਸੋਲਾ ਸਰ ਦਾ ਪਾਠ ਹੋਇਆ। ਤੇ ਉਸ ਵੇਲੇ ਜਿੱਥੇ ਸੰਸਕਾਰ ਕੀਤਾ ਤੇ ਗੁਰੂ ਨੇ ਅਰਦਾਸ ਕੀਤੀ। ਗੁਰੂ ਨੇ ਸ਼ਬਦ ਵਰਤਿਆ ਸੀ ਕਹਿਣ ਲੱਗੇ ਇਹ ਮੇਰੀ 40 ਮੁਕਤੇ ਨੇ। ਕਿੱਡੇ ਜੰਜਾਲ ਪਈ ਦੁਨੀਆ ਦੇ ਇਹ ਸਭ ਨੂੰ ਤੋੜ ਕੇ ਫਿਰ ਵੀ ਗੁਰੂ ਕੋਲ ਆ ਗਏ। ਇਹ ਸਾਰੇ ਗੰਜਾਲਾ ਨੂੰ ਤੋੜ ਕੇ ਫਿਰ ਵੀ ਗੁਰੂ ਕੋਲ ਆ ਗਏ ਸਾਹਮਣੇ ਮੌਤ ਜਿਸ ਦੀ ਸੀ ਮੌਤ ਨੂੰ ਵੀ ਕਬੂਲ ਕਰਕੇ ਗੁਰੂ ਕੋਲ ਆ ਗਏ ਇਹ ਮੁਕਤ ਨੇ ਇਹਨਾਂ ਉੱਤੇ ਨਾ ਪਰਵਾਰ ਦਾ ਅਸਰ ਹੈ ਨਾ ਮਾਇਆ ਦਾ ਅਸਰ ਹੈ ਨਾ ਦੁੱਖਾਂ ਸੁੱਖਾਂ ਦਾ ਅਸਰ ਹੈ ਨਾ ਮੌਤ ਦਾ ਅਸਰ ਹੈ ਮੁਕਤ ਹੋ ਗਏ ਨੇ ਇਹ ਅੱਜ ਮੁਕਤ ਹੋ ਕੇ ਗੁਰੂ ਨੂੰ ਮਿਲ ਕੇ ਇਹ ਮੁਕਸ਼ਰ ਸਹਿਬ ਦੀ ਧਰਤੀ ਉੱਤੇ ਵਰਤਿਆ ਹੋਇਆ ਇਤਿਹਾਸ ਹੈ ਜਿਹੜਾ ਅੱਜ ਤੁਹਾਡੀ ਨੂੰ ਸਾਂਝਾ ਕੀਤਾ ਹੈ ਮੈਂ ਬਹੁਤ ਵੱਡੀ ਬੇਨਤੀ ਕਰਨਾ ਹੈ ਇਸਾਈ ਧਰਮ ਵਾਲੇ ਅੱਜ ਸਾਡੇ ਵੀ ਘਰਾਂ ਦੇ ਬੁਖੇ ਖੜਕਾ ਰਹੇ ਨੇ ਪੰਜਾਬੀ ਚੋਂ ਬਾਈਬਲ ਦਿੰਦੇ ਨੇ ਤੇ ਇਹ ਉਹਨਾਂ ਦੀ ਬੜੀ ਵੱਡੀ ਵਿਲੱਖਣਤਾ ਹੈ ਬਹੁਤ ਵੱਡਾ ਉਹਨਾਂ ਦਾ ਉਦਮ ਹੈ ਇਹ ਮੈਂ ਉਹਨਾਂ ਨੂੰ ਕੋਈ ਦੋਸ਼ ਨਹੀਂ ਦਿੰਦਾ ਪਰ ਜਦੋਂ ਤੁਹਾਨੂੰ ਈਸ਼ਾ ਮਸੀਹ ਦੀਆਂ ਸ਼ਹੀਦੀਆਂ ਦੀਆਂ ਗੱਲਾਂ ਸੁਣਾਉਣਾ ਇੱਕਲੇ ਭਾਈ ਮਨੀ ਸਿੰਘ ਦਾ ਪਰਿਵਾਰ ਦਾ ਇਤਿਹਾਸ ਸੁਣਾ ਦੇ ਉਹ ਕੰਨਾਂ ਨੂੰ ਹੱਥ ਲਾ ਕੇ ਚਲੇ ਜਾਣਗੇ ਅਸੀਂ ਇੱਕ ਸ਼ਹੀਦ ਐ ਦੁਨੀਆ 'ਚ ਨਾ ਰੱਖ ਦਿੱਤਾ ਤੇ ਤੁਹਾਡੇ ਇੱਕ ਪਰਿਵਾਰਾਂ 'ਚੋਂ ਏਡੇ ਏਡੇ ਸ਼ਹੀਦ ਨੇ ਬਹੁਤ ਮਾਣ ਮੱਤਾ ਵਿਰਸਾ ਹੈ ਹੋਈਆਂ ਭੁੱਲਾਂ ਨੂੰ ਖੇਮਾ ਬਖਸ਼ਿਸ਼ ਕਰਨੀ ਕੋਸ਼ਿਸ਼ ਬੜੀ ਕਰਨੇ ਫਿਰ ਵੀ ਕਈ ਪੱਖ ਜਿਹੜੇ ਨੇ ਉਹ ਢੋਢੇ ਰਹਿ ਸਕਦੇ ਨੇ ਨਾ ਮਾ ਥਾਵਾ ਦੀ ਵੀ ਕੋਈ ਭੁੱਲ ਹੋ ਸਕਦੀ ਹੈ ਮਾਫੀ ਦੇਣਾ ਪਿਆ ਅੱਜ ਮੈਂ ਸਪੈਸ਼ਲ ਗੁਰਜੀਤ ਸਿੰਘ ਜੀ ਹੋਰਾਂ ਦਾ ਧੰਨਵਾਦ ਕਰਨਾ ਹੈ ਉਨ੍ਹਾਂ ਮੇਰੀ ਮਦਦ ਕੀਤੀ ਇਸ ਕੰਮ ਦੇ ਵਿੱਚ ਤੇ ਮੈਂ ਸ਼ੁਕਰਾਨਾ ਕਰਨਾ ਹੈ ਉਹਨਾਂ ਦਾ ਸਾਰੀ ਸੰਗਤ ਦਾ ਧੰਨਵਾਦ ਕਰਨਾ ਹੈ ਬੜੀ ਤਵੱਜੋ ਦੇ ਕੇ ਸਰਵਣ ਕੀਤਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ